वेलकम बैक टू न्यूज़ टीवी 84 व्यूअर्स, जिस तुसीं सारे जानते हो कि नानक शाह कैलेंडर का मुद्दा जिसनों आरएसएस की शह ते सौदा के नाँ हेठ बिगाड़िया गया इस वेले दोबारा उभारिया जा रहा है। पाकिस्तान सिख गुरद्वारा प्रबंधक कमेटी वधाई की पात्र है कि वह मूल नानक शाह कैलेंडर 2003 के तहत ही गुरपुरब मनाते हैं। श्रोमणी कमेटी के प्रधान अवतार सिंह मक्कड़ एक डेलीगेशन लैके पाकिस्तान गए हुए हैं ताकि दबाव पा के उत्थे चलते नानक शाह कैलेंडर का भोग पाया जा सके। अज असी तुहानू पाकिस्तान के पंजाब सूबे के सिख असैम्बली मैंबर सरदार रमेश सिंह अरोड़ा जी नाल मिलान जा रहे हैं। सरदार अरोड़ा एक बड़े ही सुलझे हुए सिख सियासी लीडर हैं जिन्होंने अपनी मेहनत नाल पाकिस्तानी सोसायटी विच एक खास थां बनाई हुई है। व्यूअर्स, उन्होंने पिछले दिन ही पंजाब असैम्बली विच धार्मिक घट गिनतियां दे हक्कां संबंधी एक मता भी लियांदा जिसनों सर्वसंपति नाल सम्मति नाल पास किया गया। आओ असी इन्हां नाल गलबात दा सिलसिला शुरू करदे हां। तां साडा हुण पाकिस्तान तो फोन लाइन ते जुड़ चुके ने सरदार रमेश सिंह अरोड़ा। जवीर जी, वाहिगुरु जी का खालसा, वाहिगुरु जी की फतेह। हेलो जी, वाहिगुरु जी का खालसा, वाहिगुरु जी की फतेह। ਜੀ ਵੀਰ ਜੀ, ਅੱਜ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪੰਜਾਬ ਅਸੈਂਬਲੀ ਵਿੱਚ ਤੁਹਾਡੇ ਵੱਲੋਂ ਪੇਸ਼ ਕੀਤੇ ਗਏ ਰੈਜ਼ੋਲੂਸ਼ਨ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜਾ ਬੇਰਵੇ ਦੇ ਨਾਲ ਜਾਣਕਾਰੀ ਦਿਓ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਅਸੀਂ ਧੰਨਵਾਦੀ ਹਾਂ ਤੁਹਾਡਾ ਤੇ ਤੁਹਾਡੇ ਰਾਹੀਂ ਮੈਂ ਬਾਹਰ ਬੈਠੀਆਂ ਸੰਗਤਾਂ ਨਾਲ ਉਹਦੇ ਵਿਚਾਰ ਸਾਂਝੇ ਕਰ ਰਿਹਾ ਜੀ। ਇਹ ਗੱਲ ਤਾਂ ਬਹੁਤ ਦਫ਼ਾ ਆ ਚੁੱਕੀ ਰਿਕਾਰਡ ਤੇ ਕਿ ਇਹ ਪਹਿਲੀ ਦਫ਼ਾ ਹੋ ਰਿਹਾ ਹੈ ਕਿ ਪੰਜਾਬ ਅਸੈਂਬਲੀ 1947 ਤੋਂ ਬਾਅਦ ਸਿੱਖ ਨੁਮਾਇੰਦਗੀ ਆਈ ਹੈ ਔਰ ਸਿਰਫ ਪਾਕਿਸਤਾਨ ਦੇ ਨਹੀਂ ਇਹ ਦੁਨੀਆ ਭਰ ਸਿੱਖ ਵਾਸਤੇ ਬੜੀ ਮਾਣਯੋਗ ਗੱਲ ਹੈ ਕਿ ਪਾਕਿਸਤਾਨ ਦੀ ਪੰਜਾਬ ਅਸੈਂਬਲੀ ਸਿੱਖ ਕਮਿਊਨਿਟੀ ਨੁਮਾਇੰਦਗੀ ਆਈ। ਸੋ ਦੈਟ ਕਿ ਪਾਕਿਸਤਾਨ ਚ ਵਸਣ ਵਾਲੇ ਸਿੱਖਾਂ ਦੇ ਜੇ ਰਾਈਟਸ ਨੇ ਉਹਨਾਂ ਦੀ ਗੱਲ ਕੀਤੀ ਜਾ ਸਕੇ ਔਰ ਉਸ ਦੇ ਨਾਲ ਨਾਲ ਆਉਣ ਵਾਲੇ ਸਮੇਂ ਚ ਕਿਸ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਤੁਸੀਂ ਦੇਖਦੇ ਹਾਂ ਕਿ ਸਿੱਖ ਸਿਆਸੀ ਤੌਰ ਤੇ ਸਮਾਜੀ ਤੌਰ ਤੇ ਆਪਣਾ ਰੋਲ ਪਲੇ ਕਰ ਸਕਣ ਤਾਂ ਜੋ ਸਿੱਖਾਂ ਦਾ ਵੀ ਇੱਕ ਨਾਂ ਹੋ ਸਕੇ। ਇਸ ਦੇ ਨਾਲ ਨਾਲ ਇੱਕ ਚੀਜ਼ ਜਿਹੜੀ ਮੈਂ ਹਮੇਸ਼ਾ ਗੱਲ ਕਰਦਾ ਕਿ ਸਿੱਖ ਸਿਰਫ ਸਿੱਖਾਂ ਵਾਸਤੇ ਹੀ ਕੰਮ ਨਹੀਂ ਕਰੇ, ਸਿਰਫ ਮਾਇਨੋਰਿਟੀ ਵਾਸਤੇ ਕੰਮ ਨਾ ਕਰ ਸਕੇ। ਅਸੀਂ ਆਪਣਾ ਰੋਲ ਇੱਦਾਂ ਦਾ ਕਰੀਏ ਸੋ ਹੈਟ ਕਿ ਸਾਡਾ ਕੰਮ ਮੇਨ ਸਟ੍ਰੀਮ ਦਾ ਵੀ ਹੋਵੇ, ਸਾਡਾ ਨਾਮ ਮੇਨ ਸਟ੍ਰੀਮ ਡਿਵੈਲਪਮੈਂਟ ਵਿੱਚ ਵੀ ਹੋਵੇ ਤਾਂ ਕਿ ਸਾਡੀ ਪਹਿਚਾਣ ਪਾਕਿਸਤਾਨ ਦੇ ਤੌਰ ਤੇ ਹੋਵੇ। ਜਿਹੜੇ ਮੁੱਦੇ ਦੀ ਤੁਸੀਂ ਗੱਲ ਕਰਦੇ ਹੋ ਇਹ ਤੇ ਮੇਰਾ ਕੰਮ ਹੈ ਜੀ, ਇਹ ਤੇ ਮੈਂ ਕਿਸੇ ਜਿਹੜਾ ਵੀ ਸਿੱਖਾਂ ਦਾ ਕੋਈ ਇਸ਼ੂ ਹੋਵੇ ਉਹਨੂੰ ਮੈਂ ਅਸੈਂਬਲੀ ਚ ਪੇਸ਼ ਕਰ ਸਕਾਂ। ਬਹੁਤ ਸਾਰੇ ਮੁੱਦੇ ਮੈਂ ਅਸੈਂਬਲੀ ਚ ਪੇਸ਼ ਕਰ ਕੀਤੇ ਨੇ ਔਰ ਕਾਨੂੰਨ ਸਾਜੀ ਕੀਤੀ ਹੈ ਤੇ ਇਹ ਤੇ ਇਸ ਤੇ ਰੋਟੀਨ ਦਾ ਕੰਮ ਹੀ ਚੱਲ ਰਿਹਾ ਜੀ। ਹਾਂਜੀ, ਤੇ ਵੀ ਜਿਸ ਤਰ੍ਹਾਂ ਕਈ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਇਸ ਵੇਲੇ ਘੱਟ ਗਿਣਤੀ ਹੈ ਜਿਸ ਤਰ੍ਹਾਂ ਸਿੱਖ ਜਾਂ ਮਾਈਨੋਰਟੀਜ਼ ਨੇ ਉਹ ਕਿੰਨਾ ਕੁ ਸੇਫ ਨੇ? ਨਹੀਂ ਜੀ, ਪਾਕਿਸਤਾਨ ਚ ਵਸਣ ਵਾਲੇ ਘੱਟ ਗਿਣਤੀਆਂ ਦੇ ਲੋਕ ਜਿੰਨੇ ਵੀ ਨੇ ਉਹ ਬੜੇ ਸੇਫ ਨੇ, ਸੱਜੇ ਤੰਗ ਨਾਲ ਰਹਿ ਰਹੇ ਨੇ। ਦੇਖੋ ਹਰ ਮੁਲਕ ਚ ਕੁਛ ਨਾ ਕੁਛ ਮਸਾਇਲ ਹੁੰਦੇ, ਤੁਸੀਂ ਲੋਕ US UK ਅਮਰੀਕਾ ਚ ਰਹਿੰਦੇ ਹੋ ਉੱਥੇ ਵੀ ਤੁਹਾਨੂੰ ਪ੍ਰੋਬਲਮ ਫੇਸ ਆਉਂਦੇ, ਤੁਸੀਂ ਇਹ ਨੀ ਕਹਿ ਸਕਦੇ ਕਿ ਤੁਸੀਂ ਬਿਲਕੁਲ ਸੇਫ ਹੋ, ਉੱਥੇ ਵੀ ਤੁਹਾਨੂੰ ਪ੍ਰੋਬਲਮ ਆਉਂਦੇ ਨੇ। ਇਹ ਇੱਕ ਹਕੀਕਤ ਹੈ ਜੀ, ਘੱਟ ਗਿਣਤੀ ਆ ਜਿੱਥੇ ਵੀ ਹੋਣਗੀ ਆ, ਦਿਸ ਇਜ਼ ਰਿਐਲਿਟੀ ਔਰ ਇਹ ਰਿਐਲਿਟੀ ਨੂੰ ਮੰਨਣਾ ਪਏਗਾ। ਜਿੱਥੇ ਵੀ ਮਾਈਨੋਰਿਟੀ ਹੋਏਗੀ ਉੱਥੇ ਕੁਛ ਨਾ ਕੁਛ ਇਸ਼ੂਜ਼ ਹੋਣਗੇ ਔਰ ਉਸ ਇਸ਼ੂ ਨੂੰ ਮਾਈਨੋਰਿਟੀ ਦੇ ਜਿਹੜੇ ਲੀਡਰ ਨੇ ਉਹ ਹਾਈਲਾਈਟ ਕਰਦੇ ਨੇ ਕਿ ਤਾਂ ਉਹਦਾ ਕੋਲ ਕੋਈ ਰੈਜ਼ੋਲੂਸ਼ਨ ਹੋ ਸਕੇ, ਤਾਂ ਉਹਦਾ ਰਿਜ਼ੋਲਵ ਹੋ ਸਕੇ। ਸੋ ਪਾਕਿਸਤਾਨ ਚ ਵਸਣ ਵਾਲੀਆਂ ਜਿੰਨੀਆਂ ਵੀ ਮਾਈਨੋਰਿਟੀਜ਼ ਨੇ ਆਲ ਆਰ ਸੇਫ ਔਰ ਖਾਸ ਕਰ ਸਿੱਖ ਮਾਈਨੋਰਿਟੀ ਜਿਹੜੀ ਹੈ, ਜਿਹੜੀ ਕਿ ਬਿਲਕੁਲ ਮਾਈਨੋਰਿਟੀ ਦੇ ਅੰਦਰ ਇੱਕ ਮਾਈਨੋਰਿਟੀ ਹੈ, ਦੇ ਆਰ ਸੇਫ। ਦੇਖੋ ਪਾਕਿਸਤਾਨ ਦੇ ਵਿੱਚ ਵਸਣ ਵਾਲਾ ਸਿੱਖ ਸਿਰਫ ਪੰਜਾਬ ਵਿੱਚ ਨਹੀਂ ਵਸ ਰਿਹਾ, ਸਾਡਾ ਖੈਬਰ ਪਖਤੂਨਖਵਾ ਜਿੱਥੇ ਕਿ ਇਸ ਵਕਤ ਸਿੱਖ ਸਭ ਤੋਂ ਜ਼ਿਆਦਾ, ਸੋ ਸਿੱਖ ਜਿੰਨਾ ਵੀ ਪਾਕਿਸਤਾਨ ਚ ਰਹਿ ਰਿਹਾ ਉਹ ਸਾਰਾ ਆਪਣਾ
ਕੇਸੇ ਉਸ ਸੱਚੇ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ। ਪਰ ਇੱਕ ਚੀਜ਼ ਦਾ ਹਮੇਸ਼ਾ ਚਾਹਤਾ ਕੋਈ ਰਿਕਾਰਡ ਤਾਂ ਰਹੇ ਕਿ ਪਾਕਿਸਤਾਨ ਚ ਵਸਣ ਵਾਲਾ ਸਿੱਖ 100% ਸਾਬਤ ਸੂਰਤ ਹੈ ਦੁਨੀਆਂ ਦੇ ਇਸ ਖਿੱਤੇ ਤੇ। ਪਾਕਿਸਤਾਨ ਬਾਹਰ ਮੁਲਕ ਤੁਹਾਨੂੰ ਨਜ਼ਰ ਆਏਗਾ ਜਿੱਥੇ 100% ਸਿੱਖੀ ਹੈ, ਤੁਹਾਨੂੰ ਕੋਈ ਸਿੱਖ ਰੋਮਾ ਦੀ ਬੇਅਦਬੀ ਕਰਦਾ ਨਜ਼ਰ ਨਹੀਂ ਆਏਗਾ, ਚਾਹੇ ਉਹ ਕਾਬਲ ਦੇ ਬਾਰਡਰ ਦੇ ਅਫਗਾਨਿਸਤਾਨ ਦੇ ਬਾਰਡਰ ਦੇ ਕੋਲ ਬੈਠਾ ਹੈ, ਚਾਹੇ ਉਹ ਕਰਾਚੀ ਬੈਠਾ ਹੈ, ਚਾਹੇ ਉਹ ਲਾਹੌਰ ਬੈਠਾ ਹੈ, ਚਾਹੇ ਉਹ ਪੰਜਾਬ ਸਾਹਿਬ ਬੈਠਾ ਹੈ, ਚਾਹੇ ਉਹ ਤਰਕਾਣਾ ਸਾਹਿਬ ਬੈਠਾ ਹੈ। ਪਰ ਸੱਚੇ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ ਜੋ ਸਾਬਤ ਸੂਰਤ ਔਰ ਗੁਰੂ ਨਾਲ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਜੀ। ਜੀ ਜੀ ਵੀਰ ਜੀ, ਹੁਣ ਅਸੀਂ ਨਾਨਕ ਸ਼ਾਹ ਕਲੰਡਰ ਦੇ ਮੁੱਦੇ ਤੇ ਤੁਹਾਨੂੰ ਗੱਲਬਾਤ ਕਰਨਾ ਚਾਹਾਂਗੇ। ਜਿਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅੱਜ ਕੱਲ ਪਾਕਿਸਤਾਨ ਦੇ ਦੌਰੇ ਤੇ ਹਨ ਅਤੇ ਨਾਨਕ ਸ਼ਾਹ ਕਲੰਡਰ ਨੂੰ ਬਦਲਣ ਲਈ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਬਾਅ ਪਾ ਰਹੇ ਹਨ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਆਏ ਹੋਏ ਨੇ ਪਾਕਿਸਤਾਨ, ਸਾਡੇ ਸ਼ਰਮ ਮੱਥੇ ਤੇ, ਸਾਡੇ ਉਹ ਸਟੇਟ ਗੈਸਟ ਨੇ ਪੰਜਾਬ ਗਵਰਨਮੈਂਟ ਦੇ, ਬਕਾਇਦਾ ਚੀਫ ਮਿਨਿਸਟਰ ਪੰਜਾਬ ਨੇ ਵੀ ਉਹਨਾਂ ਨਾਲ ਪੂਰੇ ਡੈਲੀਗੇਸ਼ਨ ਨੂੰ ਦੇਖਣ ਦਾ ਲੋਕ ਆਫਟਰ ਕਰਨ ਦਾ ਡਿਊਟੀ ਲਾਈ ਹੈ, ਬਹੁਤ ਸਾਰੇ ਮਿਨਿਸਟਰ ਨਾਲ ਮੁਲਾਕਾਤ ਹੋ ਰਹੀ ਹੈ। ਜਿੱਥੇ ਤੱਕ ਗੱਲ ਹੈ ਦਬਾਅ ਪਾਉਣ ਦੀ, ਤੇ ਪਾਕਿਸਤਾਨ ਇੱਕ ਸਾਵਰਨ ਕੰਟਰੀ ਹੈ, ਪਾਕਿਸਤਾਨ ਚ ਵਸਣ ਵਾਲੇ ਮੁਸਲਿਮ ਔਰ ਗੈਰ ਮੁਸਲਿਮ ਪੂਰੀ ਤਰ੍ਹਾਂ ਆਜ਼ਾਦ ਰਹੇ, ਕਿਸੇ ਦਾ ਕੋਈ ਸੈਕਟਰ ਦਬਾਅ ਨਹੀਂ ਪਾ ਸਕਦਾ। ਜਥੇਦਾਰ ਜੀ ਆਏ ਹੋਏ ਨੇ ਆਪਣੀ ਡੈਲੀਗੇਸ਼ਨ ਲੈ ਕੇ, ਉਹ ਵਿਚਾਰ ਸਾਂਝੇ ਕਰ ਰਹੇ ਨੇ। ਉਹ ਕੱਲ ਉਹਨਾਂ ਦੀ ਗਵਰਨਰ ਸਾਹਿਬ ਨਾਲ ਮੁਲਾਕਾਤ ਹੋਈ ਹੈ, ਸਾਡੇ ਮਿਨਿਸਟਰ ਸਾਹਿਬਾਨ ਨਾਲ ਮੁਲਾਕਾਤ ਹੋਈ, ਸਪੀਕਰ ਸਾਹਿਬ ਨਾਲ ਮੁਲਾਕਾਤ ਹੋਈ। ਉਹਨਾਂ ਨੇ ਸਿਰਫ ਜਿਹੜੀ ਗੱਲ ਕਮੈਂਡਰ ਦੀ ਉਹਨਾਂ ਨੇ ਗੱਲ ਨਹੀਂ ਕੀਤੀ, ਉਹਨਾਂ ਨੇ ਗੱਲ ਕੀਤੀ ਹੈ ਸਿੱਖਾਂ ਦੇ ਰਾਈਟਸ ਦੀ, ਕਿਉਂਕਿ ਮੈਂ ਨਾਂ ਨਹੀਂ ਸਾਂ ਜਿੱਥੇ ਬੈਠ ਕੇ ਉਹਨਾਂ ਨੇ ਗੱਲ ਇਹ ਕੀਤੀ ਕਿ ਇਸ ਤਰੀਕੇ ਨਾਲ ਪਾਕਿਸਤਾਨ ਤੋਂ ਵਸਣ ਵਾਲੇ ਸਿੱਖਾਂ ਨੂੰ ਬਹੁਤ ਚੰਗੇ ਢੰਗ ਨਾਲ ਅਸੀਂ ਕੁਛ ਕੀਤਾ ਜਾ ਸਕੇ ਔਰ ਉਹਨਾਂ ਦੇ ਸਿੱਖਾਂ ਦੇ ਰਾਈਟਸ ਦੀ ਗੱਲ ਕੀਤੀ ਹੈ। ਔਰ ਦਬਾਅ ਦੀ ਚੀਜ਼ ਤਾਂ ਗੱਲ ਹੈ, ਮੈਂ ਵੀ ਦੇਖਿਆ ਕਿ ਉਹ ਦਬਾਅ ਪਾਏ, ਕੱਲ ਉਹ ਨਨਕਾਣਾ ਸਾਹਿਬ ਗਏ ਨੇ, ਸੰਗਤਾਂ ਨਾਲ ਉਹਨਾਂ ਦੇ ਵਿਚਾਰ ਸਾਂਝੇ ਕੀਤੇ ਨੇ। ਹੁਣ ਪਾਕਿਸਤਾਨ ਦੀ ਸੰਗਤਾਂ ਦਾ ਅਗਲਾ ਫੈਸਲਾ ਹੈ ਜੀ, ਪਾਕਿਸਤਾਨ ਦੀ ਸੰਗਤ ਕੀ ਫੈਸਲਾ ਕਰਦੀ ਹੈ, ਕਿ ਪਾਕਿਸਤਾਨ ਦੀ ਸੰਗਤ ਇਹ ਸਮਝਦੀ ਹੈ ਕਿ ਜਿਹੜਾ 2003 ਵਾਲਾ ਕੈਲੰਡਰ ਸੀ ਅਸੀਂ ਉਸ ਨੂੰ ਫਾਲੋ ਕਰਨਾ ਹੈ, ਜਾਂ ਜਿਹੜਾ ਰਿਵਾਈਜ਼ ਕੈਲੰਡਰ ਹੈ ਅਸੀਂ ਉਸ ਨੂੰ ਫਾਲੋ ਕਰਨਾ ਹੈ। ਇਸੇ ਵਾਸਤੇ ਉਹਨਾਂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਨੇ ਔਰ ਉਹਨਾਂ ਨੇ ਸੰਗਤਾਂ ਨੂੰ ਦੱਸਿਆ ਜੀ ਕਿ ਤੁਸੀਂ ਫੈਸਲਾ ਕਰੋ ਤੁਸੀਂ ਕਿਹੜੇ ਕੈਲੰਡਰ ਲੈਣਾ ਹੈ। ਪਾਕਿਸਤਾਨ ਦੀ ਸਿੱਖ ਸੰਗਤ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਬੈਠ ਕੇ ਫੈਸਲਾ ਕਰਨਗੇ ਉਹਨਾਂ ਨੇ ਕੀ ਕਰਨਾ, ਇਸ ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਹੈ ਜੀ। ਜੀ ਵੀਰ ਜੀ, ਅੱਡੀ ਅੰਦਰ ਇਹੀ ਕਹਿਣਾ ਚਾਹਾਂਗੇ, ਜਿਸ ਤਰ੍ਹਾਂ ਭਾਰਤ ਦੇ ਨਕਸ਼ੇ ਤੋਂ ਬਾਹਰ ਬੈਠੇ ਜਿਹੜੇ 30 ਲੱਖ ਤੋਂ ਉੱਪਰ ਜਿਹੜੇ ਸਿੱਖ ਨੇ, ਅਸੀਂ ਤਾਂ ਸਾਰੇ ਹੀ ਮੂਲ ਨਾਨਕ ਸ਼ਾਹ ਕਲੰਡਰ 2003 ਤੇ ਪਹਿਰਾ ਦਿੰਦੇ ਹਾਂ, ਤੇ ਅਸੀਂ ਇਹ ਵੀ ਬੇਨਤੀ ਕਰਦੇ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਸਾਡੇ ਨਾਲ ਮਿਲ ਕੇ ਇਸ ਤੇ ਪਹਿਰਾ ਦੇਣ, ਇਸ ਨੂੰ ਚੇਂਜ ਨਾ ਕਰਨ, ਅਸੀਂ ਤਾਂ ਇਹੀ ਕਹਿ ਸਕਦੇ। ਤੇ ਵੀਰ ਜੀ, ਅਸੀਂ ਜਿਹੜੇ ਪਾਕਿਸਤਾਨੀ ਸਾਡੇ ਭਰਾ, ਅਸੀਂ ਬਹੁਤ ਪਿਆਰ ਕਰਦੇ ਹਾਂ, ਅਸੀਂ ਬਹੁਤ ਉਹਨਾਂ ਦਾ ਸਤਿਕਾਰ ਕਰਦੇ ਹਾਂ, ਤੇ ਅਸੀਂ ਚਾਹਵਾਂਗੇ ਕਿ ਤੁਸੀਂ ਸਾਡੀ ਜਿਹੜੀ ਬੇਨਤੀ ਹੈ ਕਬੂਲ ਕਰੋ, ਸਾਡਾ ਨਾਨਕ ਸ਼ਾਹ ਕਲੰਡਰ ਸੋਧਾ ਨਾਂ ਥੱਲੇ ਜਿਹੜਾ ਚੇਂਜ ਕੀਤਾ ਜਾ ਰਿਹਾ, ਇਸ ਨੂੰ ਨਾ ਚੇਂਜ ਕੀਤਾ ਜਾਵੇ। ਤੇ ਐਡੀਅਨ ਵੀਰ ਜੀ, ਜਿਸ ਤਰ੍ਹਾਂ ਤੁਸੀਂ ਕਾਫੀ ਦੇਰ ਤੋਂ ਬਾਅਦ ਸਾਡੇ ਬਾਹਰ ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ, ਅਸੀਂ ਪਾਕਿਸਤਾਨੀ ਜਿਹੜੇ ਬੈਠੇ ਸਾਡੇ ਸਿੱਖ ਭਰਾ ਨੇ ਉਹਨਾਂ ਦੇ ਵਿਹਾਫ ਤੇ ਤੁਸੀਂ ਜਿਹੜੇ ਬਾਹਰ ਦੇ ਸਿੱਖ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਬਾਕੀ ਮੈਂ ਤੇ ਹਮੇਸ਼ਾ ਗੱਲ ਕੀਤੀ ਹੈ ਕਿ ਜਿਹੜਾ ਪਾਕਿਸਤਾਨ ਕਮਿਊਨਿਟੀ ਹੈ, ਬਾਹਰ ਬੈਠੇ ਸਿੱਖ ਵੀਰ ਜਿਹੜੇ ਸਾਡੀ ਸਟਰੈਂਥ ਨੇ, ਰੱਬ ਨਾ ਕਰੇ ਕਦੀ ਪਾਕਿਸਤਾਨ ਦੇ ਸਿੱਖਾਂ ਤੇ ਕਦੀ ਵੀ ਇਹਦੇ ਕੋਲ ਮਾੜਾ ਵਕਤ ਨਹੀਂ ਆਇਆ, ਲੇਕਿਨ ਸਾਨੂੰ ਫਿਰ ਵੀ ਤੁਹਾਡੀ ਸਪੋਰਟ ਦੀ ਲੋੜ ਹੈ। ਸਾਡਾ ਸਾਡੀ ਸਿੱਖੀ ਜਿਹੜੀ ਬਾਹਰ ਬੈਠੇ ਸਿੱਖ ਵੀਰ ਨੇ ਹਮੇਸ਼ਾ ਸਾਡੇ ਵਾਸਤੇ ਆਵਾਜ਼ ਚੁੱਕਦੇ ਰਹੇ ਨੇ, ਛੋਟਾ ਮੋਟਾ ਮਸਲਾ ਵੀ ਹੋਇਆ ਹੈ, ਉਹਨਾਂ ਨੇ ਸਾਡੇ ਵਾਸਤੇ ਆਵਾਜ਼ ਉਹ ਸਾਡੇ ਆਵਾਜ਼ ਚੁੱਕਦੇ ਨੇ,
ਤੇ ਸਾਡੀ ਹੋਰ ਸਟਰੈਂਥ ਵੱਧ ਜਾਂਦੀ ਹੈ। ਪਾਕਿਸਤਾਨ ਚ ਵਸਣਾ ਫੀਲ ਹੁੰਦਾ ਕਿ ਨਹੀਂ ਸਿੱਖ ਨਾਲ ਪਾਕਿਸਤਾਨ ਜਿਹੜਾ ਵੱਜਦਾ ਇਕੱਲਾ ਨਹੀਂ ਹੈ, ਇਹਦੀ ਤਾਕਤ ਦੁਨੀਆਂ ਭਰ ਚ ਬੈਠਾ ਸਿੱਖ ਹੈ, ਉਹ ਚਾਹੇ ਇੰਡੀਆ ਚ ਬੈਠਾ ਹੈ, ਚਾਹੇ ਯੂਕੇ ਚ ਬੈਠਾ ਹੈ, ਚਾਹੇ ਕੈਨੇਡਾ ਚ ਬੈਠਾ ਹੈ, ਚਾਹੇ ਯੂਐਸ ਚ ਬੈਠਾ ਹੈ। ਸੋ ਸਟਰੈਂਥ ਸਿੱਖਾਂ ਦੀ ਬਹੁਤ ਜ਼ਿਆਦਾ ਹੈ। ਸੋ ਮੈਂ ਚਾਹਵਾਂਗਾ, ਬੇਨਤੀ ਕਰਾਂਗਾ ਕਿ ਤੁਸੀਂ ਕਿਸੇ ਤਰੀਕੇ ਨਾਲ ਨਾਲ ਜੁੜੇ ਰਹੋ, ਔਰ ਇਹ ਜਿਹੜੇ ਛੋਟੇ ਮੋਟੇ ਮਸਲੇ ਜਿਹਨਾਂ ਦਾ ਕੋਈ ਨਾ ਕੋਈ ਸੋਲੂਸ਼ਨ ਨਿਕਲਦਾ ਰਹੇਗਾ। ਸਾਡਾ ਸਭ ਤੋਂ ਇੱਕੋ ਮਸਲਾ ਹੈ ਕਿ ਅਸੀਂ ਗੁਰੂਆਂ ਦੇ ਪੜੀਏ, ਗੁਰੂ ਦੇ ਨਾਲ ਜੁੜੀਏ, ਗੁਰੂ ਦਾ ਨਾਮ ਲੇਵਾ ਬੜੀਏ, ਸਾਡੇ ਪਾਕਿਸਤਾਨ ਦੇ ਵਿੱਚ ਦੁਨੀਆਂ ਭਰ ਦੇ ਸਿੱਖਾਂ ਦੀ ਚੜ੍ਹਦੀ ਕਲਾ ਰਹੇ। ਸਾਨੂੰ ਤੁਹਾਡੀ ਮਦਦ ਦੀ, ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ। ਔਰ ਇਸ ਦੇ ਨਾਲ ਨਾਲ ਮੈਂ ਇੱਕ ਬੇਨਤੀ ਹੋਰ ਕਰਾਂਗਾ ਕਿ ਸਿੱਖ ਜਿਹੜਾ ਹੈ ਦੁਨੀਆਂ ਦੇ ਭਾਵੇਂ ਕਿਸੇ ਵੀ ਨੁੱਕਰ ਚ ਬੈਠਾ ਹੋਵੇ, ਸਿੱਖ ਪਾਕਿਸਤਾਨ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਨਾਲ ਜੁੜਿਆ, ਜੋ ਸਿੱਖੀ ਦਾ ਮੁੱਢਲਾ ਸਥਾਨ ਉਹ ਪਾਕਿਸਤਾਨ ਨਨਕਾਣਾ ਸਾਹਿਬ ਵਿੱਚ ਹੈ। ਸੋ ਪਾਕਿਸਤਾਨ ਅਗਰ ਸਟਰੋਂਗ ਹੈ, ਸਿੱਖ ਸਟਰੋਂਗ ਹੈ, ਪਾਕਿਸਤਾਨ ਚ ਅਗਰ ਅਮਨ ਹੈ ਤੇ ਸਿੱਖ ਅਮਨ ਨਾਲ ਰਹਿ ਰਿਹਾ, ਸਿੱਖ ਖੁਸ਼ਹਾਲੀ ਨਾਲ ਰਹਿ ਰਿਹਾ। ਸੋ ਮੈਂ ਤੁਹਾਡੇ ਜੀ ਬੇਨਤੀ ਕਰਾਂਗਾ ਕਿ ਤੁਸੀਂ ਪਾਕਿਸਤਾਨ ਦੀ ਚੜ੍ਹਦੀ ਕਲਾ ਤੇ ਵੀ ਅਰਦਾਸਾ ਕਰੋ, ਵਾਹਿਗੁਰੂ ਪਾਕਿਸਤਾਨ ਤੇ ਜੀ ਇਸ ਤਰੀਕੇ ਨਾਲ ਆਪਣਾ ਮੇਹਰ ਪ੍ਰਯਾਸ ਰੱਖੇ, ਪਾਕਿਸਤਾਨ ਖੁਸ਼ ਰਵੇ, ਪਾਕਿਸਤਾਨ ਦੀ ਆਵਾਮ ਖੁਸ਼ ਰਵੇ, ਤਾਂ ਕਿ ਦੁਨੀਆਂ ਭਰ ਦੇ ਸਿੱਖ ਜਿਹੜੇ ਨੇ ਉਹ ਪਾਕਿਸਤਾਨ ਆ ਕੇ ਜਿਹੜੇ ਦੋ ਟਾਈਮ ਅਰਦਾਸ ਕਰਦੇ ਨੇ ਕਿ ਨਨਕਾਣਾ ਸਾਹਿਬ ਤੇ ਹੋਰ ਗੁਰਤਾਪ, ਉਹਨਾਂ ਦੇ ਖੁੱਲੇ ਦਰਸ਼ਨ ਦਾਰੇ ਤੁਸੀਂ ਪਾਕਿਸਤਾਨ ਆ ਸਕੋ, ਗੁਰੂ ਘਰਾਂ ਦੇ ਖੁੱਲੇ ਦਰਸ਼ਨ ਦਾਰੇ ਕਰ ਸਕੋ, ਔਰ ਸਾਡੀ ਸਗਾਈ ਕਰ ਸਕੋ, ਜਿੱਥੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਠੀਕ ਨਹੀਂ ਚੱਲ ਰਹੇ, ਸ਼ਾਇਦ ਕਿਸੇ ਮਰਿਆਦਾ ਤੋਂ ਹਟ ਰਹੇ ਹਾਂ, ਗੁਰੂ ਘਰਾਂ ਚ ਹੋਰ ਲੋੜ ਹੈ ਸੇਵਾ ਕਰਨ ਦੀ। ਸੋ ਮੈਂ ਇਹੀ ਚਾਹਾਂਗਾ ਕਿ ਤੁਸੀਂ ਵੱਧ ਤੋਂ ਵੱਧ ਪਾਕਿਸਤਾਨ ਆਓ, ਗੁਰੂ ਘਰਾਂ ਦੇ ਦਰਸ਼ਨ ਕਰੋ, ਗੁਰੂ ਘਰਾਂ ਚ ਆ ਕੇ ਮੱਥੇ ਟੇਕੋ, ਆਪਣਾ ਨਮਸਕਾਰ ਕਰੋ, ਗੁਰੂ ਘਰ ਦੇ ਖੁਸ਼ੀਆਂ ਮਾਣੋ, ਔਰ ਉਸਦੇ ਨਾਲ ਨਾਲ ਪਾਕਿਸਤਾਨ ਦੀ ਖੁਸ਼ਹਾਲੀ ਵਾਸਤੇ, ਇੱਥੇ ਅਮਨ ਵਾਸਤੇ ਇੱਥੇ ਅਰਦਾਸ ਕਰੋ, ਔਰ ਬਾਹਰ ਬੈਠੇ ਲੋਕਾਂ ਨੂੰ ਕਹੋ ਕਿ ਪਾਕਿਸਤਾਨ ਚ ਆਓ, ਇਨਵੈਸਟਮੈਂਟ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।